9 ਦਾ ਟਾਈਮ ਦਿੱਤਾ ਸੀ 11 ਵਜੇ ਮਹਾਰਾਜ ਜੀ ਸਾਡੇ ਖੁਸ਼ੀ ਉਨੀ ਵੀ ਇਹ ਸਾਨੂੰ 10 ਘੰਟੇ ਕਹਿਣ 12 ਘੰਟੇ ਕਹਿਣ ਅਸੀਂ ਹਰ ਥਾਂ ਤੇ ਖਲੋਵਾਂਗੇ ਹਰ ਚੌਂਕ 'ਚ ਖਲੋਵਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਚੈਨਲ ਇੰਡੀਆ ਕ੍ਰਾਈਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਖਬਰ ਸ਼ਹਿਰ ਬਟਾਲਾ ਤੋਂ ਹੈ ਬਟਾਲਾ ਸ਼ਹਿਰ ਦੇ ਵਿੱਚ ਅੱਜ ਪਹੁੰਚੇ ਪੰਜਾਬ ਸਤਿਕਾਰ ਜਗਰੂਪ ਸਿੰਘ ਸੇਖਵਾਂ ਦਾ ਪੰਜਾਬ ਦਾ ਸਤਿਕਾਰ ਦਾ ਅਹੁਦਾ ਮਿਲਣ ਤੋਂ ਬਾਅਦ ਬਟਾਲਾ ਸ਼ਹਿਰ ਦੇ ਵਿੱਚ ਕੰਨ ਸਾਹਿਬ ਗੁਰਦੁਆਰੇ ਹੋਏ ਨਮਸਤਕ ਉਹਨਾਂ ਦੇ ਨਾਲ ਬਟਾਲਾ ਸ਼ਹਿਰ ਤੋਂ ਚੇਅਰਮੈਨ ਨਰੇਸ਼ ਗੋਇਲ ਅਤੇ ਆਪ ਆਗੂ ਵਿਜੇ ਤਰੇਨ ਮੌਜੂਦ ਸਨ ਆਓ ਗੱਲਬਾਤ ਕਰਦੇ ਹਾਂ ਕੀ ਕੁਝ ਕਹਿਣਾ ਹੈ ਜਗਰੂਪ ਸਿੰਘ ਸੇਖਵਾਂ ਜੀ ਦਾ ਅਤੇ ਨਰੇਸ਼ ਗੋਇਲ ਅਤੇ ਵਿਜੇ ਤਰੇਨ ਜੀ ਦਾ ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲਹੋਤਰਾ ਦੇ ਨਾਲ ਸੁਖਨਾਮ ਸਿੰਘ ਦੀ ਖਾਸ ਰਿਪੋਰਟ ਮਿਲਦੇ ਆ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਬੋਲਜੋ ਵੀਰ ਜੀ ਮਹਾਰਾਜ ਬੋਲਜੋ ਮਹਾਰਾਜ ਬੋਲਜੋ ਸਰ ਅੱਜ ਬਟਾਲਾ ਸ਼ਹਿਰ ਚ ਕੰਨ ਸਾਹਿਬ ਗੁਰਦੁਆਰੇ ਮਸਤਕ ਬਣਾਇਆ ਮੈਂ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਜਨਰਲ ਸਕੱਤਰ ਬਣਿਆ ਵਾ ਔਰ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਲਈ ਅੱਜ ਜਿਹੜਾ ਇਤਿਹਾਸਕ ਸਥਾਨ ਹੈ ਗੁਰਦੁਆਰਾ ਕੰਨ ਸਾਹਿਬ
ਬਟਾਲਾ ਵਿਖੇ ਇੱਥੇ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਇਆ ਔਰ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਜਿੰਨੀ ਟੀਮ ਆ ਸ਼ਹਿਰ ਦੀ ਉਹ ਵੀ ਸਾਡੇ ਨਾਲ ਆਈ ਹੈ ਔਰ ਜੋ ਵੀ ਦਾਤਾਂ ਮਿਲਦੀਆਂ ਨੇ ਇਹ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਉਹਨਾਂ ਦੀਆਂ ਬਖਸ਼ਾਂ ਨਾਲ ਮਿਲਦੀਆਂ ਨੇ ਔਰ ਮੇਰਾ ਬਟਾਲਾ ਸ਼ਹਿਰ ਦੇ ਨਾਲ ਕਿਉਂਕਿ ਮੇਰਾ ਸਾਰਾ ਬਚਪਨ ਇੱਥੇ ਬੀਤਿਆ ਮੈਂ ਜ਼ਿਕਰ ਵੀ ਕਰ ਰਿਹਾ ਸੀ ਕਿ ਜਦੋਂ ਮੈਂ ਸਕੂਲ ਪੜ੍ਹਦਾ ਰਿਹਾ ਇੱਥੇ ਸੇਂਟ ਫਰਾਂਸਿਸ ਅਤੇ ਤਕਰੀਬਨ ਰੋਜ਼ ਸ਼ਾਮ ਨੂੰ ਅਸੀਂ ਸਾਰਾ ਜਿਹੜੇ ਸਾਡਾ ਗਰੁੱਪ ਹੁੰਦਾ ਸੀ ਅਸੀਂ ਇੱਥੇ ਕੰਧ ਸਾਹਿਬ ਆ ਕੇ ਅਤੇ ਮੱਥਾ ਟੇਕੀਦਾ ਸੀਗਾ ਸੋ ਬੜੀਆਂ ਜਿਹੜੀਆਂ ਮੇਰੀਆਂ ਭਾਵਨਾਵਾਂ ਨੇ ਜੁੜੀਆਂ ਹੋਈਆਂ ਪਰ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਵਾ ਉਦੋਂ ਵੀ ਹਰ ਸਾਲ ਇੱਥੇ ਆ ਕੇ ਹਾਜ਼ਰੀ ਭਰੀਦੀ ਆ ਸੋ ਇੱਥੇ ਆ ਕੇ ਜਿੱਥੇ ਅੱਜ ਸ਼ੁਕਰਾਨਾ ਕੀਤਾ ਉੱਥੇ ਮਹਾਰਾਜ ਅੱਗੇ ਅਰਦਾਸ ਵੀ ਕੀਤੀ ਆ ਕਿ ਦਿੱਤੀ ਜਿਹੜੀ ਜ਼ਿੰਮੇਵਾਰੀ ਆ ਕਿ ਤੁਸੀਂ ਸੇਵਾ ਲੈਣੀ ਆ ਤਨ ਦੇ ਇਹਨਾਂ ਨਿਭਾਉਣ ਦੀ ਸਮਰੱਥਾ ਸੇਖਾ ਜਿੱਦਾਂ ਤੁਹਾਡੇ ਵੱਲੋਂ ਕਿਹਾ ਗਿਆ ਕਿ ਤੁਹਾਡਾ ਬਚਪਨ ਬੀਤਿਆ ਅੱਜ ਦੀ ਯੁਵਾ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਛੋਟੇ ਛੋਟੇ ਬੱਚੇ ਨੇ ਇੱਥੇ ਆਉਣ ਜ਼ਰੂਰ ਮਸਤਕ ਹੋਣ ਦੀ ਆਪਣੇ ਪਾਵਨ ਧਰਤੀ ਦੇ ਦੇਖੋ ਜਿਹੜਾ ਧਰਮ ਹੈ ਨਾ ਧਰਮ ਹਰ ਇਨਸਾਨ ਨੂੰ ਜਿਹੜਾ ਵਾ ਜ਼ਿੰਦਗੀ 'ਚ ਜਾਂਚ ਦਿਖਾਉਂਦਾ ਜ਼ਿੰਦਗੀ ਦੀ ਜੀਵਨ ਜਾਂਚ ਕੀ ਹੋਣੀ ਚਾਹੀਦੀ ਸੋ ਹਰ ਇੱਕ ਨੂੰ ਧਰਮ ਨਾਲ ਜੁੜ ਕੇ ਰਹਿਣਾ ਚਾਹੀਦਾ ਕਿਉਂਕਿ ਫਿਰ ਬੰਦਾ ਜਿਹੜੇ ਮਾਰੇ ਕਰਮ ਕਾਂਡ ਆ ਉਹਨਾਂ ਤੋਂ ਦੂਰ ਰਹਿੰਦਾ ਵਾ ਔਰ ਹਮੇਸ਼ਾ ਇੱਕ ਜਦੋਂ ਧਾਰਮਿਕ ਸਥਾਨ ਤੇ ਤੁਸੀਂ ਜਾਓ ਤੇ ਤੁਹਾਡੇ ਅੰਦਰ ਇੱਕ ਪੋਜ਼ਿਟਿਵਿਟੀ ਆਉਂਦੀ ਆ ਜਿਹੜੀਆਂ 네ਗੇਟਿਵ ਚੀਜ਼ਾਂ ਨੇ ਉਹ ਤੁਹਾਡੀਆਂ ਨਸ਼ਟ ਹੋ ਕੇ ਤੇ ਤੁਹਾਡੇ ਅੰਦਰ ਇੱਕ ਪੋਜ਼ਿਟਿਵਿਟੀ ਆਉਂਦੀ ਆ ਸੋ ਨੌਜਵਾਨ ਪੀੜ੍ਹੀ ਨੂੰ ਵੀ ਵੱਧ ਤੋਂ ਵੱਧ ਧਾਰਮਿਕ ਵਿਰਤੀ ਜਿਹੜੀ ਅਪਣਾਉਣੀ ਚਾਹੀਦੀ ਅੱਜ ਬਟਾਲਾ ਸ਼ਹਿਰ ਚ ਆਉਣ ਦਾ ਮੁੱਦਾ ਹੀ ਕਿ ਨਮਸਤਕ ਹੋਣੀ ਆਇਓ ਤੁਸੀਂ ਕੰਸਰਟ ਤੇ ਮੈਂ ਨਮਸਤਕ ਹੋਣ ਵੀ ਆਇਆ ਇੱਕ ਦੋ ਪ੍ਰੋਗਰਾਮ ਵੀ ਨੇ ਸ਼ਹਿਰ ਚ ਉੱਥੇ ਵੀ ਜ਼ਰੂਰ ਜਾਵਾਂਗਾ ਪਰ ਸ਼ੁਰੂਆਤ ਜਿਹੜੀ ਆ ਇੱਥੋਂ ਕੀਤੀ ਹੈ ਧੰਨਵਾਦ ਗੋਇਲ ਸਾਹਿਬ ਅੱਜ ਨਮਸਤਕ ਹੋਣ ਪਹੁੰਚੇ ਕਿ ਕੰਸਰਟ ਗੁਰਦੁਆਰੇ ਮੈਂ ਬਹੁਤ ਸ਼ੋਰ ਵੀ ਆ ਰਿਹਾ ਜੀ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਕਿ ਇੰਨੇ ਇਮਾਨਦਾਰ ਵਧੀਆ ਇਨਸਾਨ ਨੂੰ ਜ਼ਿੰਮੇਵਾਰੀ ਦਿੱਤੀ ਆ ਐਡੀ ਵੱਡੀ ਔਰ ਮੈਂ ਸਮਝਦਾ ਕਿ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਅੱਗੇ ਵੀ ਤੇ ਨਿਭਾਣਗੇ ਔਰ ਮੈਂ ਵੀ ਆਸ਼ੀਰਵਾਦ ਨਾਲ ਹੀ ਇਹਨਾਂ ਦੇ ਬਹਾਨੇ ਮੈਨੂੰ ਵੀ ਮਿਲ ਗਿਆ ਜੀ ਬਾਬਾ ਜੀ ਦਾ ਔਰ ਮੈਂ ਵੀ ਗੁਰੂ ਨਾਨਕ ਦੇਵ ਜੀ ਦੇ ਨਾਲ ਬਹੁਤ ਪੁਰਾਣਾ ਮੇਰਾ ਹੈਗਾ ਇੱਥੇ ਪਹਿਲਾਂ ਲੈਂਦੇ ਰਹੇ ਐਚਲੀ ਗੇਟ ਔਰ ਇੱਥੇ ਖੇਡਦੇ ਰਹੇ ਗੁਰਦੁਆਰੇ ਸਾਹਿਬ ਦੇ ਅੰਦਰ ਹੀ ਤਾਂ ਮੇਰੇ ਵੀ ਪੁਰਾਣੀਆਂ ਯਾਦਾਂ ਬੜੀਆਂ ਜੁੜੀਆਂ ਹੋਈਆਂ ਜਿਹੜੀ ਇੱਥੇ ਆ ਕੇ ਦੁਬਾਰਾ ਜਾਇਆ ਹੋਈਆਂ ਅੱਜ ਆਪਣੇ ਧਰਮ ਨਾਲ ਜਿੱਥੇ ਵੀ ਜੁੜਿਆ ਹੋਇਆ ਹਰ ਜਗ੍ਹਾ ਜਾ ਕੇ ਆਪਣਾ ਨਤਮਸਤਕ ਹੋਣਾ ਚਾਹੀਦਾ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਔਰ ਜਿੱਥੇ ਵੀ ਮੌਕਾ ਮਿਲੇ ਇਹੋ ਜੀ ਜਗ੍ਹਾ ਜਾਣ ਤੋਂ ਕਦੇ ਵੀ ਖੁਜਣਾ ਨਹੀਂ ਚਾਹੀਦਾ ਧੰਨਵਾਦ ਜੀ ਜੀ ਅੱਜ ਬਟਾਲਾ ਸ਼ਹਿਰ 'ਚ ਸੇਖਾ ਸਾਹਿਬ ਪਹੁੰਚੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਹਾਨ ਮੁੱਖ ਮੰਤਰੀ ਸਾਹਿਬ ਦੇ ਆਭਾਰੀ ਹਾਂ ਕਿ ਇੱਕ ਬਹੁਤ ਹੀ ਇਮਾਨਦਾਰ ਲੀਡਰ ਵਧੀਆ ਲੀਡਰ ਜਿਨ੍ਹਾਂ ਨੂੰ ਪੰਜਾਬ ਦਾ ਜਰਨੈਲ ਬਣਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਜਿਨ੍ਹਾਂ ਦੀ ਬਦੌਲਤ ਭਗਵੰਤ ਮਾਨ ਜੀ ਦੇ ਦਿਮਾਗ 'ਚ ਆਇਆ ਜਾਂ ਕੇਜਰੀਵਾਲ ਸਾਹਿਬ ਨੇ ਮਾਨ ਬਖਸ਼ਿਆ ਉਹਨੇ ਸਾਡੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਗੁਰੂ ਅਸੀਂ ਉਹਨਾਂ ਦੇ ਅੱਜ ਨਤਮਸਤਕ ਹੋਣ ਆਏ ਹਾਂ ਸਾਡੇ ਜਿਹੜੇ ਪੰਜਾਬ ਦੇ ਜਰਨੈਲ ਨੇ ਇਹਨਾਂ ਦੇ ਮਨ ਦੇ ਵਿੱਚ ਜਿਹੜਾ ਆ ਇਹ ਉਤਸ਼ਾਹ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗਾ ਅਤੇ ਸਾਰੇ ਸਮਰਥਕ ਜਿਹੜੇ ਆ ਚਾਹ ਦੇ ਨਾਲ ਨਾਲ ਆਏ ਆ ਨਾਲੇ ਨਤਮਸਤਕ ਹੋ ਗਏ ਨਾਲੇ ਆਸ਼ੀਰਵਾਦ ਲੈ ਲਿਆ ਬਾਬਾ ਜੀ ਦਾ ਅਤੇ ਨਾਲੇ ਜਰਨੈਲ ਜੀ ਦਾ ਜਰਨੈਲ ਬਣਾਇਆ ਅਸੀਂ ਭਗਵੰਤ ਮਾਨ ਜੀ ਦਾ ਕੇਜਰੀਵਾਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਆਪਣੇ ਹਲਕਾਂਚਾ ਜੀ ਦਾ ਵੀ ਧੰਨਵਾਦ ਕਰਦੇ ਹਾਂ ਸ਼ੈਰੀਕਲ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਚਾਹ ਦੇ ਨਾਲ ਸਵਾਗਤ ਕਰੋ ਮੈਂ ਇੱਥੇ ਨਹੀਂ
ਤੇ ਸਵਾਗਤ ਪੂਰਾ ਹੋਣਾ ਚਾਹੀਦਾ। ਗੋਇਲ ਸਾਹਿਬ ਨੇ ਵੀ ਕਿਹਾ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ, ਅਸੀਂ ਇਹਨਾਂ ਦੇ ਆਭਾਰੀ ਹਾਂ। ਤੁੱਲੀ ਸਾਹਿਬ ਸਾਡੇ ਪ੍ਰਧਾਨ ਜੀ, ਪਰਮਜੀਤ ਸੋਹ ਜੀ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਉਪਰਾਲਾ ਕੀਤਾ ਸਾਡੇ ਨਾਲ, ਮੋਢੇ ਨਾਲ ਮੋਢਾ ਲਾਉਂਦੇ ਆ ਅਤੇ ਹਰ ਕੰਮ ਦੇ ਵਿੱਚ ਸਾਨੂੰ ਸਿੱਖਿਆ ਦਿੰਦੇ ਆ। ਅਸੀਂ ਸੋਹ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।